ਤੁਸੀਂ ਜੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ, ਸਪਟੈਂਬਰ ਇਨਟੇਕ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਆਇਲਟਸ ਦੇ ਵਿੱਚ 6 ਓਵਰਆਲ ਬੈਂਡ ਹੈਗੇ ਆ। ਤੁਸੀਂ ਚਾਹੇ ਕੈਨੇਡਾ ਪਹਿਲੀ ਵਾਰੀ ਅਪਲਾਈ ਕਰਨਾ, ਚਾਹੇ ਰਿਫਿਊਜ਼ ਹੋ, ਚਾਹੇ ਤੁਹਾਡਾ 2 ਸਾਲ ਦਾ ਗੈਪ ਹੈ, ਚਾਹੇ 4 ਸਾਲ ਦਾ ਗੈਪ ਹੈ, ਚਾਹੇ ਤੁਸੀਂ +2 ਪਾਸ ਕੀਤੀ ਹੈ, ਗ੍ਰੈਜੂਏਟ ਹੋ, ਪੋਸਟ ਗ੍ਰੈਜੂਏਟ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਆਲੀਫਿਕੇਸ਼ਨ ਤੁਹਾਡੀ ਹੈਗੀ ਹੈ, ਆਰਟਸ, ਕਮਰਸ, ਮੈਡੀਕਲ, ਨਾਨ ਮੈਡੀਕਲ, ਤੁਸੀਂ ਕੈਨੇਡਾ ਦੇ ਸਪਤੰਬਰ ਇਨਟੇਕ ਵਾਸਤੇ ਅਪਲਾਈ ਕਰਨ ਵਾਸਤੇ ਐਲੀਜੀਬਲ ਹੋ। ਅੱਜ ਵੀ ਆਫਰ ਲੈਟਰ ਆ ਰਹੀ ਹੈ, ਟਾਈਮ ਸਿਰ ਆਫਰ ਲੈਟਰ ਆ ਰਹੀ ਹੈ, LOA ਆ ਰਹੀ ਹੈ, ਬੱਚੇ ਦਾ ਵੀਜ਼ਾ ਅਪਲਾਈ ਹੋ ਰਿਹਾ। 15 ਦਿਨ, ਜਿਵੇਂ ਕਿ ਮਨੀਸ਼ ਜੀ ਨੇ ਕਿਹਾ, 15 ਦਿਨ ਦਾ ਟਾਈਮ ਪੀਰੀਅਡ, 1515 ਡੇਜ਼, 15 ਦਿਨ ਦੇ ਅੰਦਰ ਅੰਦਰ ਤੁਹਾਡੀ ਫਾਈਲ ਅੰਬੈਸੀ ਲੱਗੀ ਹੋਏਗੀ। ਉਸ ਤੋਂ ਬਾਅਦ ਜਿਹੜਾ ਅੰਬੈਸੀ ਦਾ ਪ੍ਰੋਸੈਸਿੰਗ ਟਾਈਮ ਪੀਰੀਅਡ ਹੈਗਾ, ਉਹ ਤੁਸੀਂ ਗਿਣਤੀ ਕਰਨੀ ਸ਼ੁਰੂ ਕਰ ਦਿਓ। ਦੂਸਰੀ ਸਭ ਤੋਂ ਵੱਡੀ ਗੱਲ, ਇਹ ਸਾਰੀਆਂ ਚੀਜ਼ਾਂ ਹੋਣ ਦੇ ਨਾਲ ਨਾਲ ਜਿਹੜੀ ਤੁਹਾਡੀ ਫੀਸ ਹੈਗੀ ਹੈ ਅੰਬੈਸੀ ਦੀ, ਜਿਹੜੀ ਤੁਹਾਡੀ ਟਿਊਸ਼ਨ ਫੀਸ ਹੈਗੀ ਹੈ ਯੂਨੀਵਰਸਿਟੀ ਕਾਲਜ ਦੀ, ਜਿਹੜੇ ਹੋਰ ਕੋਈ ਵੀ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਐਕਸਪੈਂਸਿਸ ਹੈਗੇ ਆ, ਇਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ, ਨਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਵੀਜ਼ਾ ਲੱਗਣ ਤੋਂ ਪਹਿਲਾਂ ਹੋਏਗਾ। ਜੀ ਸੁਪਨੀ ਜੀ, ਜਿਵੇਂ ਤੁਸੀਂ ਕਹਿ ਰਹੇ ਹੋ 15 ਦਿਨਾਂ ਦੇ ਵਿੱਚ ਫਾਈਲ ਅੰਬੈਸੀ 'ਚ ਲੱਗ ਜਾਂਦੀ ਹੈ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ, ਪਹਿਲਾਂ ਕੋਈ ਪੈਸਾ ਨਹੀਂ ਦੇਣਾ, ਤੁਹਾਡੇ ਹੀ ਕੰਪੀਟੀਟਰ ਨੇ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹੀ ਆ, ਉਹ ਕਹਿੰਦੇ ਕਿ ਇੰਨੀ ਛੇਤੀ ਪੋਸੀਬਲ ਨਹੀਂ ਹੋ ਸਕਦਾ, 15 ਦਿਨਾਂ ਦੇ ਵਿੱਚ ਫਾਈਲ ਅੰਬੈਸੀ ਨਹੀਂ ਲਾਈ ਜਾ ਸਕਦੀ, ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਸੋ ਇੱਕ ਸਿਰਫ ਚਾਂਸਿਸ ਇਹ ਬਚਦੇ ਨੇ ਕਿ ਚਾਂਸ ਇੱਕ ਉਹ ਬਚਦਾ ਹੈ ਕਿ ਤੁਸੀਂ ਕਿਤੇ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਦਵਾਓਗੇ ਬੱਚੇ ਨੂੰ। ਜੀ ਜੀ। ਸੋ ਪ੍ਰਾਈਵੇਟ ਕਾਲਜ ਦੇ ਵਿੱਚ ਕੀ ਬੱਚਾ ਜਾਣਾ ਚਾਹੁੰਦਾ, ਨੁਕਸਾਨ ਕੀ ਹੈ ਪ੍ਰਾਈਵੇਟ ਕਾਲਜ ਜਾਣ ਦਾ, ਉਹ ਕੰਸਲਟੈਂਟ ਕਿਉਂ ਮਨਾ ਕਰਦੇ ਕਿ ਪ੍ਰਾਈਵੇਟ ਕਾਲਜਾਂ 'ਚ ਨਾ ਜਾਓ? ਦੇਖੋ, ਅੱਜ ਦੀ ਡੇਟ ਦੇ ਵਿੱਚ ਆਪਾਂ ਕੰਸੀਡਰ ਕਰ ਲਈਏ ਆਪਸ਼ਨਸ ਕੀ ਹੈਗੀਆਂ ਸਾਡੇ ਕੋਲ, ਠੀਕ ਹੈ। ਇੱਕ ਪਾਸੇ ਪ੍ਰਾਈਵੇਟ ਕਾਲਜ ਹੈ, ਗਵਰਨਮੈਂਟ ਕਾਲਜਿਸ ਨੇ ਜਿਹਨੂੰ ਕਮਿਊਨਿਟੀ ਕਾਲਜ ਕਿੰਨੇ ਆ, ਯੂਨੀਵਰਸਿਟੀ ਹੈ। ਮੈਂ ਕਿਸੇ ਵੀ ਸਟੂਡੈਂਟ ਨੂੰ ਇਹ ਨਹੀਂ ਕਹਿੰਦਾ ਕਿ ਉਹ ਕਿਹੜੇ ਕਾਲਜ ਜਾਏ, ਪ੍ਰਾਈਵੇਟ ਕਾਲਜ ਜਾਏ, ਯੂਨੀਵਰਸਿਟੀ ਜਾਏ ਜਾਂ ਕਿੱਥੇ ਜਾਏ। ਮੈਂ ਅਲਟੀਮੇਟਲੀ ਤੁਹਾਨੂੰ ਐਡਵਾਈਸ ਇਹ ਕਰਦਾ ਕਿ ਜੇ ਤੁਸੀਂ ਇਹ ਸਾਰੀਆਂ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈਗੀਆਂ, ਇੱਕ ਪੈਨ ਪੇਪਰ ਲਓ, ਤਿੰਨੋਂ ਚੀਜ਼ਾਂ ਦੀ ਹੈਡਿੰਗ ਬਣਾ ਲਓ, ਉਸ ਹੈਡਿੰਗ ਦੇ ਉੱਤੇ ਪਹਿਲਾਂ ਪੋਜ਼ਿਟਿਵਸ ਲਿਖੋ, ਫਿਰ ਨੈਗੇਟਿਵਸ ਲਿਖੋ ਕਿ ਪ੍ਰਾਈਵੇਟ ਕਾਲਜ 'ਚ ਜਾਣ ਦੇ ਪੋਜ਼ਿਟਿਵ ਕੀ ਨੇ, ਨੈਗੇਟਿਵ ਕੀ ਨੇ, ਕਮਿਊਨਿਟੀ ਕਾਲਜ ਜਾਣ ਦੇ ਪੋਜ਼ਿਟਿਵ ਕੀ ਨੇ, ਨੈਗੇਟਿਵ ਕੀ ਨੇ, ਇਹਨੂੰ ਕੰਪੇਅਰ ਕਰ ਲਓ। ਤੁਹਾਨੂੰ ਨਹੀਂ ਪਤਾ ਪੋਜ਼ਿਟਿਵਸ ਐਂਡ ਨੈਗੇਟਿਵਸ, ਮੇਰੇ ਕੋਲ ਆਫਿਸ ਆ ਜਾਓ, ਮੈਨੂੰ ਆ ਕੇ ਮਿਲੋ, ਮੈਂ ਤੁਹਾਨੂੰ ਲਿਖ ਕੇ ਦਊਂਗਾ ਪੋਜ਼ਿਟਿਵਸ ਕੀ ਨੇ, ਨੈਗੇਟਿਵਸ ਕੀ ਨੇ। ਆਪਣੇ ਘਰ ਜਾਓ, ਆਪਣੇ ਮਾਂ ਪਿਓ ਨਾਲ ਬੈਠੋ, ਬਹਿ ਕੇ ਉਹਨਾਂ ਨਾਲ ਸਲਾਹ ਕਰੋ, ਫਿਰ ਦੇਖੋ ਤੁਹਾਨੂੰ ਕਿਹੜੀ ਆਪਸ਼ਨ ਸੂਟੇਬਲ ਹੈਗੀ ਹੈ। ਯੈਸ, ਸਟੂਡੈਂਟਸ ਪ੍ਰਾਈਵੇਟ ਕਾਲਜ 'ਚ ਮੈਂ ਅਪਲਾਈ ਕਰਦਾ ਵਾਂ, ਬਟ ਮੈਂ ਸਟੂਡੈਂਟ ਗਵਰਨਮੈਂਟ ਕਾਲਜਿਸ 'ਚ ਵੀ ਭੇਜਦਾ, ਮੈਂ ਸਟੂਡੈਂਟ ਨੂੰ ਯੂਨੀਵਰਸਿਟੀ ਵਿੱਚ ਵੀ ਭੇਜਦਾ। ਇਹ ਡਿਪੈਂਡ ਕਰਦਾ ਤੁਹਾਡਾ ਪ੍ਰੋਫਾਈਲ ਕਿਸ ਤਰ੍ਹਾਂ ਦਾ, ਇਹ ਡਿਪੈਂਡ ਕਰਦਾ ਤੁਹਾਡੀ ਐਲੀਜੀਬਿਲਿਟੀ ਕਿਹੜੇ ਕਾਲਜ ਕਿਹੜੀ ਯੂਨੀਵਰਸਿਟੀ ਦੇ ਵਿੱਚ ਹੈਗੀ ਹੈ। ਜੇ ਤੁਹਾਡੀ ਐਲੀਜੀਬਿਲਿਟੀ ਕਮਿਊਨਿਟੀ ਕਾਲਜ 'ਚ ਹੈ ਔਰ ਤੁਸੀਂ ਉਹਦੇ ਵਿੱਚ ਹੀ ਜਾਣਾ ਚਾਹੁੰਦੇ ਹੋ, ਓਕੇ ਫਾਈਨ, ਤੁਹਾਨੂੰ ਦੱਸ ਦਊਂਗਾ ਕਿਹੜੇ ਇਨਟੇਕ ਦੇ ਵਿੱਚ ਸੀਟ ਅਵੇਲੇਬਲ ਹੈਗੀ ਹੈ। ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਯਾਰ, ਮੈਂ ਜਲਦੀ ਤੋਂ ਜਲਦੀ ਕੈਨੇਡਾ ਪਹੁੰਚਣਾ ਚਾਹੁੰਦਾ। ਇੱਕ ਬੜੀ ਵਧੀਆ ਗੱਲ ਹੋਈ ਮਨੀਸ਼ ਜੀ, ਮੈਂ ਕੱਲ੍ਹ ਕਿਸੇ ਸਟੂਡੈਂਟ ਨੂੰ ਮਿਲਿਆ, ਉਸ ਸਟੂਡੈਂਟ ਨਾਲ ਮੇਰੀ ਗੱਲ ਹੋ ਰਹੀ ਸੀ, ਅਤੇ 26 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਕੈਨੇਡਾ ਦੇ ਫੈਡਰਲ ਗੌਰਮੈਂਟ ਦੇ ਇਲੈਕਸ਼ਨਸ ਨੇ। ਉਹ ਸਟੂਡੈਂਟ ਆਪ ਮੈਨੂੰ ਆ ਕੇ ਕਹਿੰਦਾ, ਇੱਕ ਇੰਟੈਲੀਜੈਂਟ ਸਟੂਡੈਂਟ ਸੀ ਜਿਹਨੂੰ ਕੁਛ ਚੀਜ਼ਾਂ ਦੀ ਕਾਫੀ ਨੌਲੇਜ ਸੀ, ਹੁਣੇ ਰੀਸੈਂਟ ਪਾਸ ਆਊਟ ਸੀਗਾ 2019 ਦਾ, ਅਤੇ ਆਇਲਸ ਹਜੇ ਕਰ ਰਿਹਾ ਸੀ, ਉਹਦੇ ਕੋਈ ਰਿਲੇਟਿਵ ਵੀ ਕੈਨੇਡਾ ਰਹਿੰਦੇ ਸੀ। ਉਹ ਕਹਿੰਦਾ, ਭਾਅ ਜੀ ਮੈਂ ਇਹ ਸੁਣਿਆ, ਮੇਰੇ ਰਿਸ਼ਤੇਦਾਰ ਮੈਨੂੰ ਕਹਿ ਰਹੇ ਆ ਕਿ ਜਿਹੜਾ ਹੁਣ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣਾ, ਉਹਦੇ ਵਿੱਚ ਸਰਕਾਰ ਬਦਲਣੀ ਹੈ, ਅਤੇ ਲਿਬਰਲਸ ਦੀ ਜਗ੍ਹਾ ਕਾਫੀ ਚਾਂਸਿਸ ਨੇ, ਕੰਜ਼ਰਵੇਟਿਵ ਗੌਰਮੈਂਟ ਆਏ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਹੀਂ ਰਹੇਗਾ, ਦੂਸਰਾ ਪ੍ਰਧਾਨ ਮੰਤਰੀ ਬਣੇਗਾ, ਅਤੇ ਜਿਹੜੀ ਨਵੀਂ ਗੌਰਮੈਂਟ ਆਏਗੀ ਉਹ ਮੋਸਟ ਪ੍ਰੋਬੇਬਲੀ ਇਮੀਗ੍ਰੇਸ਼ਨ ਦੇ ਫੇਵਰ 'ਚ ਨਹੀਂ ਹੋਊਗੀ, ਹੱਕ ਦੇ ਵਿੱਚ ਨਹੀਂ ਹੋਊਗੀ, ਉਹ ਇਮੀਗ੍ਰੇਸ਼ਨ ਨੂੰ ਸਟ੍ਰਿਕਟ ਕਰੂਗੇ ਕਿ ਸਰਕਾਰ ਬਣਦੇ ਹੀ 2 ਮਹੀਨੇ, 4 ਮਹੀਨੇ, 6 ਮਹੀਨੇ 'ਚ ਪਰਮਾਨੈਂਟ ਰੈਜ਼ੀਡੈਂਸੀ ਹੈ, ਸਟੂਡੈਂਟ ਵੀਜ਼ਾ ਹੈ, ਵਿਜ਼ਿਟਰ ਵੀਜ਼ਾ ਹੈ, ਜਾਂ ਰਿਫਿਊਜੀ ਸੀਰੀਆ ਤੋਂ ਆ ਰਿਹਾ ਜਾਂ ਹੋਰ ਕੰਟਰੀਜ਼ ਤੋਂ ਆ ਰਿਹਾ, ਅਲਟੀਮੇਟਲੀ ਨਵੀਂ ਸਰਕਾਰ ਉਹਦੇ 'ਤੇ ਨਕੇਲ ਕੱਸੂਗੀ। ਅਤੇ ਭਾਅ ਜੀ ਮੈਂ ਜਲਦੀ ਤੋਂ ਜਲਦੀ ਆਇਲਸ ਕਰਕੇ ਅਪਲਾਈ ਕਰਨਾ ਚਾਹੁੰਦਾ, ਮੈਨੂੰ ਦੱਸੋ ਕਿਹੜਾ ਇਨਟੇਕ ਮਿਲੂਗਾ, ਔਰ ਮੈਨੂੰ ਕੋਈ ਫਰਕ ਨਹੀਂ ਹੈਗਾ ਕਿ ਤੁਸੀਂ ਮੈਨੂੰ ਸਰਕਾਰੀ ਕਾਲਜ ਲੈ ਕੇ ਦਿਓਗੇ, ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀ, ਮੈਂ ਇੱਕ ਵਾਰੀ ਉੱਥੇ ਜਾਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਰੂਲ ਸਖਤ ਹੋਣ। ਸੋ ਹਰ ਬੰਦੇ ਦੀ ਆਪਣੀ ਇੱਕ ਪ੍ਰੈਫਰੈਂਸ ਹੈ, ਹਰ ਬੰਦੇ ਦੀ ਆਪਣੀ ਇੱਕ ਚੋਇਸ ਹੈ। ਜ਼ਬਰਦਸਤੀ ਮੈਂ ਤੁਹਾਨੂੰ ਕਿਸੇ ਨੂੰ ਵੀ ਐਡਮਿਸ਼ਨ ਨਹੀਂ ਕਰਾ ਸਕਦਾ, ਜ਼ਬਰਦਸਤੀ ਮੈਂ ਤੁਹਾਡਾ ਕਿਸੇ ਦਾ ਵੀ ਵੀਜ਼ਾ ਨਹੀਂ ਅਪਲਾਈ ਕਰਕੇ ਦੇ ਸਕਦਾ। ਜਦੋਂ ਮੈਂ ਤੁਹਾਡਾ ਵੀਜ਼ਾ ਅਪਲਾਈ ਕਰ ਰਿਹਾ, ਮੈਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈ ਰਿਹਾ, ਸਾਰੀ ਪੈਸੇ ਤੁਸੀਂ ਬਾਅਦ 'ਚ ਦੇ ਰਹੇ ਹੋ, ਤੁਸੀਂ ਆਪਣੇ ਡਾਕੂਮੈਂਟ ਮੈਨੂੰ ਦਿੱਤੇ, ਮੈਂ ਉਹਨਾਂ ਦੇ ਉੱਤੇ ਆਫਰ ਲੈਟਰ ਪ੍ਰੋਸੈਸ ਕਰਤੀ, ਮੇਰਾ ਕੰਮ ਤਾਂ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ। ਮੇਰੇ ਟਾਈਮ ਦੀ ਜਿਹੜੀ ਵੈਲਿਊ ਹੈ, ਮੇਰੇ ਰਿਸੋਰਸਿਸ ਦੀ ਜਿਹੜੀ ਵੈਲਿਊ ਹੈ, ਉਹ ਤਾਂ ਉਸੇ ਦਿਨ ਕੋਸਟ ਆਣੀ ਸ਼ੁਰੂ ਹੋ ਗਈ ਮੈਨੂੰ, ਜਿਸ ਦਿਨ ਤੁਸੀਂ ਮੇਰੇ ਕੋਲ ਪਹਿਲੇ ਦਿਨ ਕਾਉਂਸਲਿੰਗ ਲਈ ਆਏ। ਸੋ ਅਲਟੀਮੇਟਲੀ ਮੈਂ ਕੀ ਚਾਹੂੰਗਾ, ਤੁਹਾਡਾ ਵੀਜ਼ਾ ਲੱਗੇ।
ਅੱਜ ਦੀ ਡੇਟ ਦੇ ਵਿੱਚ ਤੁਸੀਂ ਕੰਸਲਟੈਂਟ ਨੂੰ ਕਿਸੇ ਕੋਲ ਜਾਂਦੇ ਹੋ, ਉਹਨੂੰ ਜਾ ਕੇ 20,000 25,000 ਪ੍ਰੋਸੈਸਿੰਗ ਫੀਸ ਦੇ ਦਿੰਦੇ ਹੋ, ਹੋਰ ਦੋ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਉਹ ਪੈਸੇ ਤੁਹਾਡੇ ਤੋਂ ਲੈ ਲੈਂਦਾ। ਜਦੋਂ ਇਹ ਸਾਰੇ ਪੈਸੇ ਉਹਨੇ ਲੈ ਲਏ, ਇੱਕ ਵਾਰੀ ਤਾਂ ਉਹਦਾ ਇੰਟਰਸਟ ਤੁਹਾਡੇ ਕੇਸ 'ਚੋਂ ਖਤਮ ਹੋ ਗਿਆ, ਕਿਉਂਕਿ ਉਹਨੇ ਇੱਕ ਕਿਸੇ ਨਾ ਕਿਸੇ ਲੈਵਲ ਤੇ ਕਿਸੇ ਨਾ ਕਿਸੇ ਅਮਾਊਂਟ ਦੀ ਉਹਨੇ ਕਮਾਈ ਕਰ ਲਈ ਜਿਹੜੀ ਉਹਨੇ ਆਪਣੀ ਜੇਬ 'ਚ ਪਾ ਲਈ। ਅਸੀਂ ਜਦੋਂ ਤੁਹਾਡੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ, ਤਾਂ ਜਦੋਂ ਤੱਕ ਤੁਹਾਡਾ ਵੀਜ਼ਾ ਨਹੀਂ ਲੱਗ ਜਾਂਦਾ, ਅਸੀਂ ਦੋ ਪੈਰਾਂ ਤੇ ਖੜੇ ਨਹੀਂ ਹੋ ਸਕਦੇ। ਸਾਡੀ ਕੋਸ਼ਿਸ਼ ਇਹ ਹੋਊਗੀ ਜਿੰਨੀ ਜਲਦੀ ਤੋਂ ਜਲਦੀ ਤੁਹਾਡੀ ਆਫਰ ਲੈਟਰ ਆਏ, ਜਿੰਨੀ ਜਲਦੀ ਤੋਂ ਜਲਦੀ ਤੁਹਾਡੀ LOI ਆਏ, ਜਿੰਨਾ ਚੰਗੇ ਤੋਂ ਚੰਗਾ ਕਾਲਜ, ਜਿੰਨਾ ਚੰਗੇ ਤੋਂ ਚੰਗਾ ਕੋਰਸ ਤੁਹਾਨੂੰ ਲੈ ਕੇ ਦੇ ਸਕੀਏ, ਓਨਾ ਹੀ ਸਾਡੇ ਲਈ ਚੰਗਾ। ਕਿਉਂਕਿ ਜੇ ਇਹ ਰਿਫਿਊਜ਼ਲ ਹੋ ਗਈ, ਟਾਈਮ ਤਾਂ ਤੁਹਾਡਾ ਵੀ ਖਰਾਬ ਹੋਇਆ, ਟਾਈਮ ਸਾਡਾ ਵੀ ਖਰਾਬ ਹੋਇਆ, ਮੋਨੀਟਰੀ ਲਾਸ ਇਕੱਲਾ ਮੈਂ ਬੇਅਰ ਕੀਤਾ, ਸਟੂਡੈਂਟ ਦੇ ਮੋਨੀਟਰੀ ਲਾਸ ਨਹੀਂ ਬੇਅਰ ਕੀਤਾ। ਔਰ ਕੌਣ ਚਾਹੇਗਾ ਅੱਜ ਦੀ ਡੇਟ ਦੇ ਵਿੱਚ ਕਿ ਉਹਦਾ ਪੈਸੇ ਵੱਲੋਂ ਨੁਕਸਾਨ ਹੋਏ? ਤੁਹਾਡਾ ਵੀਜ਼ਾ ਲਵਾਉਣ ਲਈ ਮੈਂ ਆਪਣਾ ਪੈਸੇ ਦਾ ਨੁਕਸਾਨ ਕਦੀ ਵੀ ਨਹੀਂ ਕਰਾਊਂਗਾ, ਕੋਈ ਵੀ ਨਹੀਂ ਕਰਾਏਗਾ। ਸੋ ਅਲਟੀਮੇਟ ਦੀ ਮੇਰੀ ਕੋਸ਼ਿਸ਼ ਇਹ ਹੋਊਗੀ ਤੁਹਾਨੂੰ ਉਹ ਵਾਲਾ ਕਾਲਜ, ਉਹ ਵਾਲਾ ਕੋਰਸ, ਉਹ ਵਾਲੀ ਆਪਸ਼ਨ ਦੇਵਾਂ ਜਿਹਦੇ ਵਿੱਚ ਵੀਜ਼ਾ ਦੇ ਚਾਂਸਿਸ ਜ਼ਿਆਦਾ ਤੋਂ ਜ਼ਿਆਦਾ ਹੋਣ।